ਸਾਨੂੰ ਤਾਂ ਕੀ ਨੁਕਸਾਨ ਹੋਣਾ ਵੀ ਜਿਹੜਾ ਨੁਕਸਾਨ ਕਰਨਾ ਸੀ ਉਹ ਤਾਂ ਪੰਜਾਬ ਦਾ ਨੁਕਸਾਨ ਕਰਦੇ ਹੋ। ਪੰਜਾਬ ਦਾ ਉਹਨਾਂ ਨੇ ਬਹੁਤ ਨੁਕਸਾਨ ਕੀਤਾ, ਹੁਣ ਪੰਜਾਬ ਦੇ ਲੋਕ ਸਮਝ ਗਏ ਆ। ਤੁਸੀਂ ਕਹਿੰਦੇ ਆ ਬੀਜੇਪੀ ਬੀਜੇਪੀ ਦਾ ਇਸ ਦੇ ਜਿਹੜੇ ਜਿੰਨੇ ਵੀ ਟਕਸਾਲੀ ਬੀਜੇਪੀ ਵਾਲੇ ਆ ਉਹ ਸਾਰੇ ਦੁਖੀ ਆ, ਉਹ ਆਉਣ ਵਾਲੇ ਦਿਨਾਂ ਸਾਰੇ ਛੱਡ ਕੇ ਆਉਣਾ ਚਾਹੁੰਦੇ ਆ। ਕੱਲੇ ਕੱਲੇ ਜਿਹੜੇ ਟਮਾਟਰ ਆ ਉਹ ਚੁਣ ਕੇ ਲਵਾਂਗੇ ਜੇ ਲਵਾਂਗੇ, ਉਹਨਾਂ ਦੀ ਆਪਸ ਦੋਨਾਂ ਦੀ ਬੁਰੀ ਹਾਲਤ ਹੈ। ਦੇਖੋ ਕੱਲ੍ਹ ਮਾਨ ਸਾਹਿਬ ਨੇ ਬੜੀ ਵਧੀਆ ਗੱਲ ਕਹੀ ਵੀ ਉਹ ਸੱਤਾ ਤੋਂ ਬਾਹਰ ਹੈ, ਸੱਤਾ 'ਚ ਵਾਪਸ ਆਉਣ ਲਈ ਜੋੜ ਤੋੜ ਕਰ ਰਹੇ ਆ, ਅਤੇ ਅਸੀਂ ਲੋਕਾਂ ਨੂੰ ਸਿਹਤ ਸੇਵਾਵਾਂ ਦੇਣ ਲਈ, ਸਿੱਖਿਆ ਦੇਣ ਲਈ, ਰੁਜ਼ਗਾਰ ਵਾਸਤੇ ਜੋੜ ਤੋੜ ਦਾ ਜੁਗਾੜ ਕਰ ਰਹੇ ਹਾਂ। ਜਿੰਨੇ ਫੂਡ ਸਪਲੀਮੈਂਟਸ ਆ, ਇੱਕ ਨਵਾਂ ਇਨੀਸ਼ੀਏਟਿਵ ਵੀ ਸ਼ੁਰੂ ਕੀਤਾ ਕਿ ਸਾਡੀਆਂ 7 ਵੈਨ ਜਿਹੜੀਆਂ ਹੈਗੀਆਂ ਉਹ ਸਾਰੇ ਮਤਲਬ ਸ਼ਹਿਰਾਂ ਦੇ ਵਿੱਚ ਜਾ ਰਹੀਆਂ ਹੈਗੀਆਂ, ਪਟਿਆਲੇ 'ਚ ਵੀ ਹੈਗੀਆਂ। ਉਹਨਾਂ ਨੇ ਕੋਈ ਸੈਂਪਲ ਨਹੀਂ ਭਰਨੇ, ਕੋਈ ਜੁਰਮਾਨਾ ਨਹੀਂ ਕਰਨਾ, ਉਹਨਾਂ ਨੇ ਥਾਣੇਦਾਰੀ ਨਹੀਂ ਕਰਨੀ, ਐਜੂਕੇਸ਼ਨ ਦਾ ਕੰਮ। ਉਹ ਤੁਹਾਨੂੰ ਫੂਡ ਟੈਸਟ ਕਰਕੇ ਦੱਸ ਦੇਣਗੇ ਵੀ ਤੁਹਾਡਾ ਖਾਣਾ ਖਾਣ ਦੇ ਕਾਬਲ ਹੈ ਕਿ। ਅਸੀਂ ਜਿਹੜਾ ਹੈਗਾ ਤੁਹਾਡਾ 2000 ਪੋਸਟਾਂ ਸਾਡੀਆਂ ਆ ਰਹੀਆਂ, ਤੁਹਾਡਾ ਅੱਛਾ ਸਵਾਲ ਹੈ ਇਹ। 2000 ਪੋਸਟਾਂ ਆ ਰਹੀਆਂ, ਉਹਦੇ 'ਚ ਜਿਹੜੇ ਜਿਹਦੇ ਵਿੱਚ ਅਸੀਂ ਜਿਹੜੇ ਤੁਹਾਡੇ ਡਾਕਟਰ ਵੀ ਆ, ਸਟਾਫ ਨਰਸ ਵੀ ਆ, ਜਿਹੜੇ ਆਪਣੇ ਵਾਰਡ ਅਟੈਂਡੈਂਟ ਜਾਂ ਕਲਾਸ 4 ਆ ਉਹ ਵੀ ਆ। ਕੰਮ ਕਰਦਾ ਜਿਹੜਾ ਬੰਦਾ ਵਧੀਆ ਕੰਮ ਕਰੇਗਾ ਉਹਨਾਂ ਨੂੰ ਅਸੀਂ ਇਨਸੈਂਟੀਵਾਈਜ਼ ਕਰਾਂਗੇ, ਉਹਦੇ ਵਾਸਤੇ ਵੀ ਅਸੀਂ ਮੋਡੈਲਿਟੀ ਵਰਕਆਊਟ ਕਰ ਰਹੇ ਹਾਂ ਕਿ ਜਿਹੜੇ ਬੰਦੇ ਆ ਉਹ ਬਾਹਰ ਪ੍ਰੈਕਟਿਸ ਕਰਨ ਦੀ ਫੈਸਲੀ ਨਾ ਹੋਵੇ, ਹਸਪਤਾਲ ਦੇ ਵਿੱਚ ਹੀ ਐਕਸਟਰਾ ਟਾਈਮ 'ਤੇ ਕੰਮ ਕਰਨਾ। ਉਹ ਅਸੀਂ ਪਾਇਲਟ ਪ੍ਰੋਜੈਕਟ ਵੀ ਪਟਿਆਲੇ ਤੋਂ ਸ਼ੁਰੂ ਕਰ ਰਹੇ ਹਾਂ ਔਰ ਸੁਪਰ ਸਪੈਸ਼ਲਿਟੀ ਹੋਸਪਿਟਲ ਤੋਂ ਕਰ ਰਹੇ ਹਾਂ, ਅਤੇ ਉਹ ਮੋਰਨਿੰਗ ਨੋਰਮਲੀ ਸਾਡਾ ਜਿਹੜਾ ਸਟਾਫ ਹੈ 2:30-3 ਵਜੇ ਤੱਕ ਕੰਮ ਕਰਦਾ, ਅਤੇ ਜੇ ਉਹ ਸ਼ਾਮ ਨੂੰ 4-7 ਕੰਮ ਕਰਨਗੇ ਉਹਦੇ ਵਿੱਚ ਐਕਸਟਰਾ ਟਾਈਮ 'ਤੇ ਕੰਮ ਕਰਨਗੇ, ਜਿਹੜੇ ਕਿ ਉਹਨਾਂ ਦੇ ਇੰਸ਼ੋਰੈਂਸ ਵਾਲੇ ਜਾਂ ਪੇਡ ਪੇਸ਼ੈਂਟਸ ਹੋਣਗੇ, ਉਹਦੇ ਵਿੱਚ ਅਸੀਂ ਕਹਿੰਦੇ ਹਾਂ ਵੀ ਤੁਸੀਂ ਬਾਹਰ ਜਾ ਕੇ ਨਹੀਂ, ਇੱਥੇ ਕਰੋ ਤੁਸੀਂ। ਉਹ ਪੈਸੇ ਜਿਹੜੇ ਮਾਣਗੇ ਕੁਛ ਤਾਂ ਉਹਨਾਂ ਨੂੰ ਇਨਸੈਂਟਿਵ ਚਲਾ ਜਾਏਗਾ, ਬਾਕੀ ਪੈਸੇ ਵੀ ਸਾਰੇ ਉਹਨਾਂ ਨੂੰ ਦੇ ਦਾਂਗੇ, ਗਵਰਨਮੈਂਟ ਪੈਸੇ ਨਹੀਂ ਦੇਗੀ। ਟਕਸਾਲੀ ਭਾਜਪਾ ਲੀਡਰ ਆਪਣੀ ਹੀ ਪਾਰਟੀ ਤੋਂ ਤੰਗ ਆਏ ਹੋਏ ਨੇ ਅਤੇ ਆਉਣ ਵਾਲੇ ਕੁਝ ਸਮੇਂ ਦੇ ਵਿੱਚ ਉਹ ਪਾਰਟੀ ਛੱਡ ਕੇ ਸਾਡੇ ਵੱਲ ਆ ਸਕਦੀ ਹੈ ਅਤੇ ਅਸੀਂ ਚੋਣ ਕਰ ਰਹੇ ਹਾਂ ਕਿ ਕਿਹੜੇ ਵਿਅਕਤੀ ਨੂੰ ਆਪਣੀ ਪਾਰਟੀ ਵਿੱਚ ਰੱਖਣਾ ਹੈ ਅਤੇ ਕਿਸ ਨੂੰ ਨਹੀਂ। ਇਹ ਕਹਿਣਾ ਹੈ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਦਾ, ਜਿਨ੍ਹਾਂ ਨੇ ਟਕਸਾਲੀ ਭਾਜਪਾ ਆਗੂਆਂ ਦੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਦਾ ਦਾਅਵਾ ਕੀਤਾ ਹੈ। ਸਾਨੂੰ ਤਾਂ ਕੀ ਨੁਕਸਾਨ ਹੋਣਾ ਵੀ ਜਿਹੜਾ ਨੁਕਸਾਨ ਕਰਨਾ ਸੀ ਉਹ ਤਾਂ ਪੰਜਾਬ ਦਾ ਨੁਕਸਾਨ ਕਰਦੇ ਹੋ। ਪੰਜਾਬ ਦਾ ਉਹਨਾਂ ਨੇ ਬਹੁਤ ਨੁਕਸਾਨ ਕੀਤਾ, ਹੁਣ ਪੰਜਾਬ ਦੇ ਲੋਕ ਸਮਝ ਗਏ ਆ। ਤੁਸੀਂ ਕਹਿੰਦੇ ਆ ਬੀਜੇਪੀ ਬੀਜੇਪੀ ਦਾ ਇਸ ਦੇ ਜਿਹੜੇ ਜਿੰਨੇ ਵੀ ਟਕਸਾਲੀ ਬੀਜੇਪੀ ਵਾਲੇ ਆ ਉਹ ਸਾਰੇ ਦੁਖੀ ਆ, ਉਹ ਆਉਣ ਵਾਲੇ ਦਿਨਾਂ ਸਾਰੇ ਛੱਡ ਕੇ ਆਉਣਾ ਚਾਹੁੰਦੇ ਆ। ਅਸੀਂ ਸਕਰੀਨਿੰਗ ਕਰ ਰਹੇ ਹਾਂ ਵੀ ਕਿਹਨੂੰ ਲੈਣਾ ਕਿਹਨੂੰ ਨਹੀਂ ਲੈਣਾ, ਕੋਈ ਚੰਗੇ ਚੰਗੇ ਜਿਹੜੇ ਟਮਾਟਰ ਆ ਉਹ ਚੁਣ ਕੇ ਲਵਾਂਗੇ ਜੇ ਲਵਾਂਗੇ, ਉਹਨਾਂ ਦੀ ਆਪਸ ਦੋਨਾਂ ਦੀ ਬੁਰੀ ਹਾਲਤ ਹੈ। ਦੇਖੋ ਕੱਲ੍ਹ ਮਾਨ ਸਾਹਿਬ ਨੇ ਬੜੀ ਵਧੀਆ ਗੱਲ ਕਹੀ ਸੀ ਵੀ ਉਹ ਸੱਤਾ ਤੋਂ ਬਾਹਰ ਹੈ, ਸੱਤਾ 'ਚ ਵਾਪਸ ਆਉਣ ਲਈ ਜੋੜ ਤੋੜ ਕਰ ਰਹੇ ਆ, ਅਤੇ ਅਸੀਂ ਲੋਕਾਂ ਨੂੰ ਸਿਹਤ ਸੇਵਾਵਾਂ ਦੇਣ ਲਈ, ਸਿੱਖਿਆ ਦੇਣ ਲਈ, ਰੁਜ਼ਗਾਰ ਵਾਸਤੇ ਅਸੀਂ ਜੋੜ ਤੋੜ ਦਾ ਜੁਗਾੜ ਕਰ ਰਹੇ ਹਾਂ। ਨਹੀਂ ਉਹ ਉਹਦੇ ਆਲਰੇਡੀ ਮੈਂ ਇਮੀਡੀਏਟਲੀ, ਦੇਖੋ ਮੈਂ ਜਿਹੜੀਆਂ ਤੁਹਾਡੀਆਂ ਅਖਬਾਰ ਦੀ ਜਿਹੜੀ ਵੀ ਖਬਰ ਹੁੰਦੀ ਆ ਨਾ ਜੀ, ਉਹਨੂੰ ਤੁਹਾਡੇ ਕਹਿਣ ਤੋਂ ਬਗੈਰ ਵੀ ਮੈਂ ਨਾ ਬਹੁਤ ਸੀਰੀਅਸਲੀ ਲੈਂਦਾ ਉਹਨੂੰ। ਮੈਂ ਇਮੀਡੀਏਟਲੀ ਅੰਮ੍ਰਿਤਸਰ 'ਚ ਵੀ ਪਟਿਆਲੇ ਦੇ ਵਿੱਚ ਵੀ ਅਸੀਂ ਉਹਦੇ ਸੈਂਪਲ ਲੈ ਲਏ ਜੀ ਦਵਾਈਆਂ ਦੇ, ਔਰ ਮੈਂ ਕੱਲ੍ਹ ਵੀ ਮੈਂ ਜਿਹੜੀ ਡਰੱਗ ਲੈਬੋਰਟਰੀ ਜਾ ਕੇ ਆਇਆ ਫਿਰ ਉਹਨੂੰ ਜਲਦੀ ਜਿਹੜੀ ਰਿਪੋਰਟ ਜਿਹੜੀ ਆ ਜੀ ਉਹ ਪੰਜਾਬ ਤੋਂ ਬਾਹਰ ਭੇਜ ਕੇ ਅਸੀਂ ਦੱਸ ਦੇਣੀ ਕਿੱਥੋਂ ਆਉਣੀ ਆ। ਉਹ ਜਦੋਂ ਰਿਪੋਰਟ ਆ ਗਈ ਜਿਹੜੇ ਉਹਦੇ ਮੈਨੂਫੈਕਚਰ ਆ ਉਹਦੇ 'ਚ ਪਟਿਆਲਾ ਦੇ ਵਿੱਚ ਆਈ ਸੀ ਪ੍ਰੋਬਲਮ, ਵੈਂਕੋਮਾਈਸਿਨ ਸੀ ਇੱਕ ਰੈਕਲ ਸਫੋਕਸਿਨ ਸੀ, ਦੋ ਦਵਾਈਆਂ ਦਾ ਪ੍ਰੋਬਲਮ ਆਈ ਸੀ ਬੱਚਿਆਂ ਨੂੰ, ਰਿਐਕਸ਼ਨ ਹੋਇਆ ਸੀਗਾ ਬੱਚੇ ਵੈਰੀ ਰੇਅਰ, ਬਟ ਦੇਖੋ ਰਿਐਕਸ਼ਨ ਡਰੱਗ ਦਾ ਨੋਰਮਲ ਵੀ ਹੋ ਸਕਦਾ, ਬਟ ਉਹ ਅਸੀਂ ਡਰੱਗ ਦੀ ਜਾਂਚ ਅਸੀਂ ਕਰ ਰਹੇ ਹਾਂ ਵੀ ਜੇ ਉਹਦੇ 'ਚ ਕੋਈ ਖਰਾਬੀ ਹੋਏਗੀ ਤਾਂ ਜਿਹੜਾ ਮੈਨੂਫੈਕਚਰ ਆ ਉਹਦੇ 'ਚ ਐਕਸ਼ਨ ਹੋਏਗਾ। ਔਰ ਅਸੀਂ ਜਿੰਨੀਆਂ ਵੀ ਸਾਡੀਆਂ ਲਾਈਫ ਸੇਵਿੰਗ ਮੈਡੀਸਨ ਆ, ਜਿੰਨੇ ਫੂਡ ਸਪਲੀਮੈਂਟਸ ਆ, ਇੱਕ ਨਵਾਂ ਇਨੀਸ਼ੀਏਟਿਵ ਵੀ ਸ਼ੁਰੂ ਕੀਤਾ ਕਿ ਸਾਡੀਆਂ 7 ਵੈਨ ਜਿਹੜੀਆਂ ਹੈਗੀਆਂ ਉਹ ਸਾਰੇ ਮਤਲਬ ਸ਼ਹਿਰਾਂ ਦੇ ਵਿੱਚ ਜਾ ਰਹੀਆਂ ਹੈਗੀਆਂ, ਪਟਿਆਲੇ 'ਚ ਵੀ ਹੈਗੀਆਂ। ਉਹਨਾਂ ਨੇ ਕੋਈ ਸੈਂਪਲ ਨਹੀਂ ਭਰਨੇ, ਕੋਈ ਜੁਰਮਾਨਾ ਨਹੀਂ ਕਰਨਾ, ਉਹਨਾਂ ਨੇ ਥਾਣੇਦਾਰੀ ਨਹੀਂ ਕਰਨੀ, ਐਜੂਕੇਸ਼ਨ ਦਾ ਕੰਮ ਕਰਨਾ। ਉਹ ਤੁਹਾਨੂੰ ਫੂਡ ਟੈਸਟ ਕਰਕੇ ਦੱਸ ਦੇਣਗੇ ਵੀ ਤੁਹਾਡਾ ਖਾਣਾ ਖਾਣ ਦੇ ਕਾਬਲ ਹੈ ਕਿ ਨਹੀਂ। ਇਹ ਇੱਕ ਨਵਾਂ ਇਨੀਸ਼ੀਏਟਿਵ ਵੀ ਸ਼ੁਰੂ ਕੀਤਾ ਗਿਆ। ਇਹ ਗੱਲ ਫਿਰ ਸਹੀ ਨਹੀਂ, ਇਹ ਕਹਾਣੀ ਉਹਦੇ ਸਾਰੇ ਉਹਦੇ ਟੈਸਟ ਵੀ ਉੱਥੇ ਹੋਣਗੇ, ਡਾਕਟਰਸ ਹੋਣਗੇ, ਪੇਸ਼ੈਂਟ ਦੇ ਨਾਲ ਬਹੁਤ ਪਿਆਰ ਸਤਿਕਾਰ ਦੇ ਨਾਲ ਅਸੀਂ ਜਿਹੜਾ ਹੈਗਾ ਉਹ ਪੇਸ਼ ਆਈਏ। ਉਹਦੇ 'ਚ ਅਸੀਂ ਪੇਸ਼ੈਂਟ ਫੈਸਿਲੀਟੇਸ਼ਨ ਸੈਂਟਰ ਇੱਥੋਂ ਅਸੀਂ ਪਟਿਆਲੇ ਦੇ ਮੈਡੀਕਲ ਕਾਲਜ ਤੋਂ ਸ਼ੁਰੂ ਕਰ ਰਹੇ ਹਾਂ, ਅਤੇ ਜਦੋਂ ਮਰੀਜ਼ ਆਏਗਾ ਉਹ ਪੇਸ਼ੈਂਟ ਫੈਸਿਲੀਟੇਸ਼ਨ ਸੈਂਟਰ ਵਿੱਚ ਆਏਗਾ, ਉਹਦੇ ਉੱਥੇ ਉਹਨੂੰ ਰਿਸੀਵ ਕੀਤਾ ਜਾਏਗਾ, ਜਿੱਥੇ ਬਹਿਣ ਦੀ ਜਗ੍ਹਾ ਹੋਏਗੀ, ਸਾਫ਼ ਸੁਥਰੀ ਔਰ ਪੀਣ ਵਾਸਤੇ ਪਾਣੀ ਹੋਏਗਾ, ਉਹਨੂੰ ਪੁੱਛਿਆ ਜਾਏਗਾ। ਕਿਉਂਕਿ ਪੇਸ਼ੈਂਟ ਨੂੰ ਤਾਂ ਇਹ ਪਤਾ ਮੈਨੂੰ ਦਰਦ ਹੁੰਦਾ, ਉਹਨੂੰ ਇਹ ਨਹੀਂ ਪਤਾ ਕਿ ਜਿਹੜੇ ਮੇਰੇ ਦਰਦ ਦਾ ਇਲਾਜ ਹੈ ਹੱਡੀਆਂ ਵਾਲੇ ਨੇ ਕਰਨਾ, ਗਲੇ ਵਾਲੇ ਨੇ ਕਰਨਾ, ਜਾਂ ਮੈਡੀਕਲ ਵਾਲੇ ਨੇ ਕਰਨਾ, ਕਿਹਨੇ ਕਰਨਾ ਵਾ। ਉਹਨੂੰ ਫਿਰ ਜਿਹੜਾ ਸਾਡਾ ਸਟਾਫ ਹੈ, ਟ੍ਰੇਨਡ ਸਟਾਫ ਹੋਏਗਾ, ਉਹਨੂੰ ਉਹਦੀ ਪਰਚੀ ਬਣਾ ਕੇ ਜਿੱਥੇ ਸੰਬੰਧਿਤ ਡਾਕਟਰ ਹੋਏਗਾ ਉੱਥੇ ਛੱਡ ਕੇ ਆਉਣਗੇ, ਉਹਦੇ ਬੰਦੇ ਦੇ ਟੈਸਟ ਹੋਣਗੇ, ਉਹਨਾਂ ਨੂੰ ਦਵਾਈ ਦੇ ਕੇ, ਦਵਾਈਆਂ ਸਾਰੀਆਂ ਹਸਪਤਾਲ 'ਚੋਂ ਮਿਲਣਗੀਆਂ, ਟੈਸਟ ਸਾਰੇ ਹਸਪਤਾਲ 'ਚ ਹੋਣਗੇ। ਇਹ ਸੁਵਿਧਾ ਕਰਨੀ ਹੈ ਜੀ, ਅਤੇ 100% ਮੈਡੀਸਨ ਜਿਹੜੀਆਂ ਹਸਪਤਾਲ ਤੋਂ ਮਿਲਣੀਆਂ ਚਾਹੀਦੀਆਂ ਪੇਸ਼ੈਂਟ ਨੂੰ।
ਉਹਦੇ ਵਾਸਤੇ ਫਾਰਮੇਸੀ ਸਾਡੀ ਬਹੁਤ ਵਧੀਆ ਹੋਵੇ, ਸਾਰੀਆਂ ਦਵਾਈਆਂ ਉੱਥੇ ਉਪਲਬਧ ਹੋਣ, ਅਤੇ ਜਿਹੜੀਆਂ ਨਹੀਂ ਹੋਣਗੀਆਂ ਉਹਦੇ ਵਿੱਚ ਪ੍ਰੋਵੀਜ਼ਨ ਹੋਵੇਗੀ। ਅਸੀਂ ਜਿਹੜੀਆਂ ਪਾਵਰਸ ਹੈਗੀਆਂ ਉਹ ਆਲਰੇਡੀ ਆਪਾਂ 20 ਲੱਖ ਕਰਤੀ ਹੈ ਜਿਹਨਾਂ ਨੇ, ਪਹਿਲਾਂ 5 ਲੱਖ ਹੁੰਦੀ ਸੀਗੀ, ਜਿਹੜੇ ਪ੍ਰਿੰਸੀਪਲ ਅਤੇ ਮੈਡੀਕਲ ਸੁਪਰਡੈਂਟ ਦੀ ਕਮੇਟੀ ਬਣਾ ਤੀ ਹੈ ਅਸੀਂ, ਉਹਨਾਂ ਦੀ ਅਸੀਂ ਪਾਵਰ 20 ਲੱਖ ਕਰਤੀ ਹੈ ਕਿ ਛੋਟੀ ਮੋਟੀ ਕੋਈ ਗੱਲ ਵੀ ਆ ਉਹਨਾਂ ਦਾ ਏਅਰ ਕੰਡੀਸ਼ਨ ਖਰਾਬ ਹੋ ਗਿਆ, ਛੋਟਾ ਮੋਟਾ 2-4-5-10 ਲੱਖ ਰੁਪਏ ਦਾ ਖਰਚਾ ਉਹ ਆਪਣੇ ਲੈਵਲ 'ਤੇ ਕਰ ਸਕਦੇ, ਉਹਨਾਂ ਕੋਲ ਫੰਡਸ ਹੁੰਦੇ ਆ ਉਹਦੇ, ਅਤੇ ਇਸ ਤਰ੍ਹਾਂ ਦੀ ਜਿਹੜੀ ਹੈਗੀ ਆ ਇਸ ਭਾਵਨਾ ਦੇ ਨਾਲ ਜਿਹੜੀ ਵਿਜਿਟ ਆ ਮੇਰਾ, ਇਹਦਾ ਇਹ ਮਕਸਦ ਆ। ਇਸੇ ਤਰ੍ਹਾਂ ਜਿਹੜੀ ਸਾਡੀ ਡੈਂਟਲ ਕਾਲਜ ਆ ਉਹਦੇ 'ਚ ਤਾਂ ਡੀ ਦਾ ਪੋਪੂਲੇਸ਼ਨ ਦੇ ਲੈਵਲ 'ਤੇ ਪਹੁੰਚਿਆ ਹੋਇਆ, ਉਹਦੀ ਫੈਕਲਟੀ ਅਸੀਂ ਰਿਕਰੂਟ ਕਰ ਰਹੇ ਹਾਂ, ਜਿਸ ਤਰ੍ਹਾਂ ਅਸੀਂ ਪਿੱਛੇ ਸੁਪਰ ਸਪੈਸ਼ਲਿਸਟ ਰੱਖਿਆ ਉਹਦੀ ਪ੍ਰੋਸੈਸ ਵੀ ਕੰਪਲੀਟ ਹੋ ਗਈ ਹੈ ਜੀ। ਉਹ ਤਕਰੀਬਨ ਮੇਰਾ ਖਿਆਲ ਅਸੀਂ ਜਿਹੜਾ ਉਹਦਾ ਜਿਹੜਾ ਇੱਧਰ ਆਪਾਂ ਪ੍ਰੋਸੀਜਰ ਫੋਲੋ ਕੀਤਾ ਸੀ, ਇੱਕ ਉਹਨਾਂ ਦਾ ਏਜ ਦਾ ਇਸ਼ੂ ਸੀਗਾ ਜੀ, ਉਹਦੇ 'ਚ ਨਵੇਂ ਜਿਹੜੇ ਲਾਅ ਬਣਨੇ ਸੀਗੇ ਉਹ ਵੀ ਕੈਬਨਿਟ ਨੇ ਪਾਸ ਕਰਤਾ, ਉਹਨੂੰ ਅਸੀਂ ਕਿਉਂਕਿ ਅਦਰਵਾਈਜ਼ ਟਾਈਮ ਬਹੁਤ ਲੱਗਦਾ ਸੀ, 3 ਮਹੀਨੇ ਮੰਗਿਆ ਜਿਹੜੀ ਡੈਂਟਲ ਕੌਂਸਲ ਆਫ ਇੰਡੀਆ ਨੂੰ, ਅਤੇ ਉਹਦੇ 'ਚ ਅਸੀਂ ਟਾਈਮ ਬਹੁਤ ਤਰੀਕੇ ਨਾਲ ਕਰ ਲਈ, ਉਹਨਾਂ ਨੂੰ ਅਸੀਂ ਉਹਦੇ ਜਿਹੜੇ ਕੰਸਲਟੈਂਟਸ ਹੈਗੇ ਆ, ਜਿਸ ਤਰ੍ਹਾਂ ਉੱਥੇ ਕਮੇਟੀ ਬਣਾ ਕੇ ਅਸੀਂ ਐਕਸਪਰਟਸ ਦੀ ਇੱਕ, ਜਿਹਦੇ ਵਿੱਚ ਡੈਂਟਲ ਦੇ ਸਾਰੇ ਐਕਸਪਰਟਸ ਹੋਣਗੇ ਔਰ ਸਾਡੇ ਜਿਹੜੇ ਅਫੀਸ਼ੀਅਲਸ ਹੋਣਗੇ, ਅਤੇ ਉਹ ਜਿਹੜੀ ਫੈਸਿਲਿਟੀ ਹੈ ਉਹ ਉੱਥੇ ਵੀ ਅਸੀਂ ਉਹਦੀ ਪੂਰਤੀ ਕਰਨ ਜਾ ਰਹੇ ਹਾਂ। ਆਯੁਰਵੈਦਿਕ ਕਾਲਜ ਦੀ ਜਿਹੜੀ ਹੈਗੀ ਆ ਉਹ ਸਭ ਤੋਂ ਬਦਤਰ ਹਾਲਤ ਹੈ, ਉੱਥੇ ਕੋਈ ਵੀ ਰੈਗੂਲਰ ਸਟਾਫ ਨਹੀਂ ਹੈ, ਉਹਦੇ ਵਾਸਤੇ ਵੀ ਅਸੀਂ ਜਿਹੜਾ ਵਾਈਸ ਚਾਂਸਲਰ, ਰਜਿਸਟਰਾਰ ਔਰ ਜਿਹੜਾ ਕੰਟਰੋਲਰ ਐਗਜ਼ਾਮੀਨੇਅਰ ਐਗਜ਼ਾਮੀਨੇਸ਼ਨ ਹੈਗਾ, ਉਹ ਤਿੰਨਾਂ ਦੀ ਨਿਯੁਕਤੀ ਕਰਨ ਜਾ ਰਹੇ ਹਾਂ ਟਾਈਮ ਬੋਰਨ ਫੈਸ਼ਨ ਦੇ ਵਿੱਚ। ਔਰ ਇਸ ਤੋਂ ਸਿਵਾਏ ਅਸੀਂ ਜਿਹੜੀ ਸਾਰੀ ਫੈਕਲਟੀ ਆ ਅਸੀਂ ਉਹਦਾ 3-6 ਮਹੀਨੇ ਦਾ ਟਾਰਗੇਟ ਲੈ ਕੇ ਚੱਲ ਰਹੇ ਹਾਂ, ਇਹ ਸਾਰੀ ਜਿਹੜੀ ਉੱਥੇ ਸਾਰੀ ਕਰਕੇ ਉਹਨੂੰ ਕਾਲਜ ਨੂੰ ਵੀ ਰਿਵਾਈਵ ਕਰਨਾ, ਆਯੁਰਵੈਦਿਕ ਹੋਸਪਿਟਲ ਨੂੰ ਵੀ ਔਰ ਆਯੁਰਵੈਦਿਕ ਫਾਰਮੇਸੀ ਨੂੰ ਵੀ, ਕਿਉਂਕਿ ਤੁਸੀਂ ਅਕਸਰ ਅਖਬਾਰਾਂ ਦੇ ਵਿੱਚ ਖਬਰਾਂ ਲੱਗ ਜਾਂ ਕਿ ਪੂਰੇ ਪੰਜਾਬ ਦੇ ਵਿੱਚ ਜਿਹੜੇ ਆਯੁਰਵੈਦਿਕ ਡਾਕਟਰ ਹੈ ਉਹਨਾਂ ਕੋਲੇ ਪਿਛਲੇ 4 ਸਾਲ ਤੋਂ 5 ਸਾਲ ਤੋਂ ਮੈਡੀਸਨ ਨਹੀਂ ਗਈਆਂ। ਜਿਹੜੇ ਰੂਰਲ ਸਾਡੇ ਸੈਂਟਰ ਹੈਗੇ ਆ, ਜਿੰਨੇ ਸਾਡੀਆਂ ਰੂਰਲ ਡਿਸਪੈਂਸਰੀਜ਼ ਹੈਗੀਆਂ ਜਿਹਨੂੰ ਅਸੀਂ RMOs ਕਹਿੰਦੇ ਹਾਂ, ਉਹਨਾਂ ਨੂੰ 2006 ਤੋਂ ਬਾਅਦ ਕੋਈ ਰੱਖ ਰਖਾਵ ਹੋਇਆ ਹੀ ਨਹੀਂ, ਉਹਨਾਂ ਨੂੰ ਵੀ ਅਪਗ੍ਰੇਡ ਕਰ ਰਹੇ ਹਾਂ ਆਮ ਆਦਮੀ ਕਲੀਨਿਕ ਦੇ ਪੈਟਰਨ ਦੇ ਉੱਤੇ, ਉਹਨਾਂ ਦੀ ਸਾਰੀ ਬਿਲਡਿੰਗ ਦੀ ਰਿਪੇਅਰ ਕਰ ਰਹੇ ਹਾਂ, ਉਹਨਾਂ 'ਚ ਰੈਗੂਲਰ ਦਵਾਈ ਜਿਹੜੀ ਸਪਲਾਈ ਹੈ ਮੈਡੀਸਨ ਦੀ ਦੇਵਾਂਗੇ, ਉੱਥੇ ਵੀ ਟੈਸਟ ਹੋਣਗੇ ਸਾਰੇ, ਸੋ ਉਹਨਾਂ ਨੂੰ ਵੀ ਸੇਮ ਸੁਵਿਧਾ ਜਿਹੜੀ ਹੈਗੀ ਆ ਸਾਰੀ ਅਸੀਂ ਦੇ ਰਹੇ ਹਾਂ। ਸੋ ਇਹ ਮਕਸਦ ਹੈਗਾ ਸਾਡਾ ਜੀ, ਪ੍ਰਾਇਮਰੀ ਕੇਅਰ, ਸੈਕੰਡਰੀ ਕੇਅਰ, ਟਰਸ਼ਰੀ ਕੇਅਰ, ਔਰ ਆਯੁਰਵੈਦਾ ਦਾ ਜਿਹੜਾ ਹੈਗਾ ਪ੍ਰਵੈਂਸ਼ਨ ਆਫ ਡਿਜ਼ੀਜ਼, ਪ੍ਰਮੋਸ਼ਨ ਆਫ ਹੈਲਥ, ਬਿਮਾਰੀ ਦੀ ਰੋਕਥਾਮ, ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚਿਆ ਜਾ ਸਕਦਾ, ਘੱਟੋ ਘੱਟ ਮਤਲਬ 60-70-80% ਬਿਮਾਰੀਆਂ ਤੱਕ ਬਚਿਆ ਜਾ ਸਕਦਾ, ਜੇ ਅਸੀਂ ਲੋਕਾਂ ਨੂੰ ਪੀਣ ਲਈ ਸਾਫ਼ ਪਾਣੀ ਦੇ ਦਈਏ, ਚੰਗੇ ਸੋਹਣੇ ਪਾਰਕ ਬਣਾ ਦਈਏ, ਖੇਡ ਦੇ ਮੈਦਾਨ ਬਣਾ ਦਈਏ, ਔਰ ਲੋਕਾਂ ਨੂੰ ਨਾਲ ਭਾਈ ਭਾਈਵਾਲੀ ਕਰਕੇ ਉਹਨਾਂ ਦੇ ਨਾਲ ਵੀ ਉਹ ਅੱਛਾ ਆਹਾਰ ਵੀ ਅਤੇ ਵਿਹਾਰ ਵੀ ਠੀਕ ਕਰਨਾ ਪੈਣਾ ਜੀ। ਅਸੀਂ ਜਿਹੜਾ ਹੈਗਾ ਤੁਹਾਡਾ 2000 ਪੋਸਟਾਂ ਸਾਡੀਆਂ ਆ ਰਹੀਆਂ, ਤੁਹਾਡਾ ਅੱਛਾ ਸਵਾਲ ਹੈ ਇਹ, 2000 ਪੋਸਟਾਂ ਆ ਰਹੀਆਂ ਉਹਦੇ 'ਚ ਜਿਹੜੇ ਜਿਹਦੇ ਵਿੱਚ ਕਿ ਅਸੀਂ ਜਿਹੜੇ ਤੁਹਾਡੇ ਡਾਕਟਰ ਵੀ ਹੈ, ਸਟਾਫ ਨਰਸਿਸ ਵੀ ਹੈ, ਜਿਹੜੇ ਆਪਣੇ ਵਾਰਡ ਅਟੈਂਡੈਂਟ ਜਾਂ ਕਲਾਸ 4 ਹੈ ਉਹ ਵੀ ਹੈ, ਔਰ ਕੁਛ ਇੱਕ ਸਰਵਿਸ ਜਿਹੜੀਆਂ ਹੈਗੀਆਂ ਸਾਡੀਆਂ, ਹੋ ਸਕਦਾ ਅਸੀਂ ਜਿਹੜੀਆਂ ਲਾਂਡਰੀ ਸਰਵਿਸਿਜ਼ ਹੈ ਤਾਂ ਕਿ ਜਿਹੜੀਆਂ ਬੈਡਸ਼ੀਟਸ ਆ ਉਹ ਸਾਫ਼ ਹੋਣ, ਸਾਰਾ ਕੁਛ ਹੈ, ਉਹਨਾਂ ਦੀ ਆਊਟਸੋਰਸਿੰਗ ਕਰਾਂਗੇ। ਜਿਸ ਤਰ੍ਹਾਂ ਅਸੀਂ ਲੈਬੋਰਟਰੀ ਸਰਵਿਸ ਜਿਹੜੀਆਂ ਹੈਗੀਆਂ ਅੰਮ੍ਰਿਤ ਜ਼ਿਲ੍ਹੇ 'ਚ ਆਊਟਸੋਰਸਿੰਗ ਕੀਤੀ ਆ, ਉਹਨਾਂ ਦਾ ਬਹੁਤ ਅੱਛੇ ਰਿਜ਼ਲਟ ਆ ਰਹੇ ਆ, ਇੰਪੈਨਲਮੈਂਟ ਵੋਟ ਕੀਤਾ, ਕੰਮ ਕਰਦਾ, ਜਿਹੜਾ ਬੰਦਾ ਵਧੀਆ ਕੰਮ ਕਰੇਗਾ ਉਹਨਾਂ ਨੂੰ ਅਸੀਂ ਇਨਸੈਂਟੀਵਾਈਜ਼ ਕਰਾਂਗੇ। ਉਹਦੇ ਵਾਸਤੇ ਵੀ ਅਸੀਂ ਮੋਡੈਲਿਟੀ ਵਰਕਆਊਟ ਕਰ ਰਹੇ ਹਾਂ ਕਿ ਜਿਹੜੇ ਬੰਦੇ ਆ ਉਹ ਬਾਹਰ ਪ੍ਰੈਕਟਿਸ ਕਰਨ ਦੀ ਟੈਂਡੈਂਸੀ ਨਾ ਹੋਵੇ, ਹਸਪਤਾਲ ਦੇ ਵਿੱਚ ਹੀ ਐਕਸਟਰਾ ਟਾਈਮ 'ਤੇ ਕੰਮ ਕਰ ਲੈਣ। ਉਹ ਅਸੀਂ ਪਾਇਲਟ ਪ੍ਰੋਜੈਕਟ ਵੀ ਪਟਿਆਲੇ ਤੋਂ ਸ਼ੁਰੂ ਕਰ ਰਹੇ ਹਾਂ ਔਰ ਸੁਪਰ ਸਪੈਸ਼ਲਿਟੀ ਹੋਸਪਿਟਲ ਤੋਂ ਕਰ ਰਹੇ ਹਾਂ ਕਿ ਉਹ ਮਾਰਨਿੰਗ ਨੋਰਮਲੀ ਸਾਡਾ ਜਿਹੜਾ ਸਟਾਫ ਹੈ 2-2:30-3 ਵਜੇ ਤੱਕ ਕੰਮ ਕਰਦਾ, ਅਤੇ ਜੇ ਉਹ ਸ਼ਾਮ ਨੂੰ 4-7 ਕੰਮ ਕਰਨਗੇ ਉਹਦੇ ਵਿੱਚ ਐਕਸਟਰਾ ਟਾਈਮ 'ਤੇ ਕੰਮ ਕਰਨਗੇ, ਜਿਹੜੇ ਕਿ ਉਹਨਾਂ ਦੇ ਇੰਸ਼ੋਰੈਂਸ ਵਾਲੇ ਜਾਂ ਪੇਡ ਪੇਸ਼ੈਂਟਸ ਹੋਣਗੇ, ਉਹਦੇ ਵਿੱਚ ਅਸੀਂ ਕਹਿੰਦੇ ਹਾਂ ਵੀ ਤੁਸੀਂ ਬਾਹਰ ਜਾ ਕੇ ਨਹੀਂ, ਇੱਥੇ ਕਰੋ ਤੁਸੀਂ, ਉਹ ਪੈਸੇ ਜਿਹੜੇ ਕਮਾਉਣਗੇ ਕੁਛ ਤਾਂ ਉਹਨਾਂ ਨੂੰ ਇਨਸੈਂਟਿਵ ਚਲਾ ਜਾਏਗਾ, ਬਾਕੀ ਪੈਸੇ ਵੀ ਸਾਰੇ ਉਹਨਾਂ ਨੂੰ ਦੇਵਾਂਗੇ, ਗਵਰਨਮੈਂਟ ਪੈਸੇ ਨਹੀਂ ਲਏਗੀ, ਬਾਕੀ ਜਿੰਨੇ ਪੈਸੇ ਆਉਣਗੇ ਉਹਨਾਂ ਦੀ ਡਿਸਪੋਜ਼ਲ 'ਤੇ ਹੋਣਗੇ, ਉਹਨਾਂ ਨੇ ਜੋ ਉੱਥੇ ਕੰਮ ਕਰਨਾ ਲੋਕਲੀ ਉਹ ਪੈਸੇ ਨੂੰ ਉਹ ਸਪੈਂਡ ਕਰ ਸਕਦੇ। ਸੋ ਇਹ ਵੀ ਅਸੀਂ ਇੱਕ ਪਾਇਲਟ ਪ੍ਰੋਜੈਕਟ ਕਰਨ ਜਾ ਰਹੇ ਹਾਂ ਜਿਹੜਾ ਕਿ ਅਸੀਂ ਪਟਿਆਲੇ 'ਤੇ ਸ਼ੁਰੂ ਕਰਾਂਗੇ, ਤਾਂ ਕਿ ਜਿਹੜੇ ਸਾਡੇ ਸੁਪਰ ਸਪੈਸ਼ਲਿਸਟ ਆ ਜਾਂ ਸਪੈਸ਼ਲਿਸਟ ਹੈ, ਹੌਲੀ ਹੌਲੀ ਜਿਹੜਾ ਸਾਡਾ ਕੌਨਸੈਪਟ ਹੈ ਜਿਵੇਂ PCMS ਦੇ ਵਿੱਚ ਆ, ਜਿਵੇਂ ਮਾਤਾ ਕਸ਼ਲਿਆ ਦੇ ਵਿੱਚ ਆ, ਉਹਨਾਂ ਨੇ ਉੱਥੇ DNB ਕਹਿੰਦੇ ਆ, ਪੋਸਟ ਗ੍ਰੈਜੂਏਸ਼ਨ ਕੋਰਸ ਹੁੰਦਾ, ਉਹ ਜਿਹੜਾ DNB ਕੋਰਸ ਆ ਜਿਹੜਾ ਬੰਦਾ ਉਹ ਸ਼ੁਰੂ ਕਰੇਗਾ ਉਹਦੇ ਵਾਸਤੇ ਇਨਸੈਂਟਿਵ ਰਿਹਾ ਕਿ ਜੋ SMO ਦੀ ਪ੍ਰਮੋਸ਼ਨ ਵੀ ਹੋ ਗਈ ਅਸੀਂ ਉਹਨੂੰ ਉੱਥੇ ਪ੍ਰਮੋਸ਼ਨ ਦੇਵਾਂਗੇ, ਉਹਨੂੰ ਪਰਫਾਰਮਾ ਪ੍ਰਮੋਸ਼ਨ ਜਾਂ ਉੱਥੇ ਉਹਦੇ ਵਿੱਚ ਅਸੀਂ ਪੋਸਟ ਕ੍ਰੀਏਟ ਕਰ ਦਾਂਗੇ, ਉਹਦੀ ਬਦਲੀ ਨਹੀਂ ਹੋਏਗੀ, ਉਹਨਾਂ ਨੂੰ ਹੋਰ ਵੀ ਇਨਸੈਂਟਿਵ ਦੇਵਾਂਗੇ। ਜਿਹੜਾ ਬੰਦਾ ਅੱਛਾ ਕੰਮ ਕਰੇਗਾ ਅਤੇ ਉਹ ਕਲੀਨਿਕਲ ਕੰਮ ਬਹੁਤ ਅੱਛਾ ਕਰ ਰਿਹਾ, ਅੱਗੇ ਉਹਨੇ ਪੋਸਟ ਗ੍ਰੈਜੂਏਸ਼ਨ ਕੋਰਸ ਸ਼ੁਰੂ ਕਰਤਾ, ਸੋ ਸਾਡੀਆਂ ਜਿਹੜੀਆਂ ਬਦਲੀਆਂ ਹੋਣਗੀਆਂ, ਪ੍ਰਮੋਸ਼ਨ ਹੋਣਗੀਆਂ, ਟ੍ਰਾਂਸਫਰ ਹੋਣਗੀਆਂ, ਉਹਨਾਂ ਦੇ ਵਿੱਚ ਵੀ ਜਿਹੜੀ ਮੈਰਿਟ ਹੈ ਦੈਟ ਵਿਲ ਬੀ ਪ੍ਰਾਇਮਰੀ ਕੰਸਿਡਰੇਸ਼ਨ, ਸਭ ਤੋਂ ਵੱਡੀ ਸਿਫਾਰਿਸ਼ ਬੰਦੇ ਦੀ ਉਹਦਾ ਕੰਮ ਹੋਏਗਾ। ਡਾਕਟਰ ਮਾਤਾ ਕੁਸ਼ਲਿਆ ਹੋਸਪਿਟਲ 'ਚ ਆਈ ਹਫ਼ਤੇ ਸਮਾਨ ਕਰਨਾ, ਉਹ ਕਹਿੰਦੇ ਸਾਡੇ ਕੋਲ 25,000 ਰੁਪਏ ਤੱਕ ਦਾ ਖਰਚ ਕਰਨਾ ਉਹ ਹੈ, ਅਤੇ ਉਸ ਤੋਂ ਬਾਅਦ ਫਿਰ ਹਫ਼ਤੇ ਬਾਅਦ ਫਿਰ ਉਹ ਕਰਦੇ ਨੇ ਟੈਂਡਰ ਕਰਦੇ ਨੇ,
बहुत अच्छे जो सा सिविल सर्जन अनिल गोयल जी बहुत अच्छे तरीके का काम कर रहे हैं। उन्होंने की किया कि साढ़े को जन औषधि का तुम्हें ना सुने होना, इस तरह जोड़े थोड़े साढ़े आयुष्मान भारत के जोड़े पेशेंट्स आते हैं वो सरकारी हस्पताल से पैसे देंगे, जोड़े वो वाले पैसे आते हैं जिन्होंने अभी यूजर चार्ज भी कह दें, जो इंश्योरेंस वाले पैसे आ वो अभी जिस तरह माता कौशल्या के बहुत डिलीवरीज होंगे उन्होंने सिर्फ उन्होंने ट्रेनिंग की लड़ है कि जो भी बंदा आता वह यूज का कार्ड बना के जो प्लैन सर्जरीज है उस तो बाद प्रोसीजर करना, जिहड़े पैसे उन्होंने आने उन्होंने पावर भी अभी इसे पैसों से बढ़ाने जा रहे हैं, वो 25,000 नहीं जी उन्होंने अभी जी घट्टो घट्ट भी 5-10 लाख रुपया उन्होंने भी अभी जी उन्होंने लिमिट बता देंगे, अभी पावर जी है डिसेंट्रलाइज कर रहे हैं ताकि उन्होंने उन्होंने रिसोर्स बढ़ा रहे हैं और वो जरा जो अच्छा बंद काम करता जिम्मे फरीदकोट के मिसाल के तौर पर जोड़े उन्होंने उत्थे आई सर्जन है जो ऑर्थोपेडिक सर्जन है उन्होंने उत्थे नी ट्रांसप्लांट शुरू करता कुड़ी फिरको कर दी 25 रोज़ की, जोड़ा बंदा 400% एफिशियंसी पर काम कर रहा उन्होंने असी उन्होंने पैसों के भी अभी एक एक बना रहे वो एक स्ट्रैटी बना रहे फिर उन्होंने देिए ना जोड़ा है जोड़े बंद वैल जोड़े बंद कंपीटेंट है एफिशियंट है वनू उ ट्रेनिंग स्कूल भी चला गए, जोड़े बाकी साढ़े को 90 साढ़े को आई सर्जन है सिर्फ 10 बंद जोड़े साढ़े फिरको करते हैं तो वो बाकी के 80 जोड़े हो स्क्रीनिंग करेंगे जाके वो पेशेंट लैके आएंगे नाले सीखेंगे तो नाले लोगों को बेनीफिट होएगा उन्होंने भी डॉक्टरों भी फायदा होएगा तो जोड़ा उन्होंने सिखाने वाला होएगा वनू अभी इनसेंटिवाइज करा उन्होंने अभी होर इनसेंटिव देवे ओवर एंड अबव द सर्जरी सर। एक महला क्लिनिक ने टेस्टिंग में बड़ी प्रॉब्लम आ गई है, टेस्टिंग नहीं हो पाई है, इक्विपमेंट नहीं है, इंफ्रास्ट्रक्चर भी बहुत कमी देखने मिली है, मैं लगता नहीं कि कुछ कितने स्पोरैडिक हो सकती है जी कि लोकल मैनेजमेंट की प्रॉब्लम हो सकती है, अजय साड़ी जी मतलब जी सा है ना डायग्नोस्टिक जिन्होंने अं कहने वो जी सा कंपनी है वो इंस्टॉल कर रही है अपना, पहला कंपनी होर थी हम होर चेंज हो रही है हम पैप लैब्स करके आ रही है, उन्होंने अपनी सारी इक्विपमेंट लानी है सारा फिक्स करना वो थोड़ी टीरिंग ट्रबल हैगी है, अदरवाइज जो 40 टेस्ट है उसे हो गए जी कि बहुत वही गल है, इहदा एक होर बड़ा सानू बेनीफिट हो रहा जिवें कल साडे मुल्लांपुर दे विच जिहड़ा चंडीगढ़ दे विच ना जी कैंसर हॉस्पिटल दे विच असीं एक नवा शुरू किया कॉन्सैप्ट जिहड़ी प्रिवेंशन ऑफ कैंसर आर्ली डिटेक्शन एंड ट्रीटमेंट उहदे वास्ते स्कूलों के बच्चों तों शुरू लैके फिर टबैको का यूज़ नहीं करना अलकोहल का घटाना है लाइफ स्टाइल मॉडिफिकेशन करनी है ताकि कैंसर नूं घटाया जा सके, तो जिहड़ा इसी जिहड़ा थोड़ा पैटर्न ते हैगा जी जिहड़ा थोड़ा महला क्लिनिक है उहदा सारा कॉन्सैप्ट ही असीं मतलब होर उहनूं एडवांस कर रहे हैं कि डायग्नोस्टिक सारे उत्थे होणगे, उन्होंने मैं पूछा भी तुसीं मतलब इत्थे किद्दां खोलिया कैंसर हॉस्पिटल आ गया तुहानूं उत्थे मुंबई दे विच, वो कहिंदे जी असीं ना इहदे नाल असीं पूरा देखिया भी साडे कोल इंडिया 'च कित्थों कित्थों कैंसर दे पेशेंट आ रहे हैं जितों साडे कोल मैक्सीमम पेशेंट पे असीं सोचा भी उत्थे कैंसर दा हॉस्पिटल खोलिया जाए, उन्होंने सरूर च खोलिया आ के क्योंकि मालवा च बहुत है हुण उन्होंने मुल्लांपुर च खोलिया फिर नॉर्थन इंडिया वास्ते उह, इस तरह जो सा महला क्लिनिक है सारे पंजाब के सूँ पता लग जूगा भी कितने बच्चों के एनीमिया ज़्यादा कितने प्रैगनेंट लेडीज़ के एनीमिया ज़्यादा कितने ब्लड प्रैशर की प्रॉब्लम ज़्यादा कितने शुगर ज़्यादा क्योंकि साढ़े को सारा डिजिटल डिजिटाइज मॉडल है साडा सारा मशीनरी और सारी हाँ नहीं 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 मैंने दसो कोई मैंने कोई पर्टिकुलर एग्जाम्पल मथुरा कॉलोनी वो मैं तुम दसदा वो एक फीलिंग ट्रबल होर है वो जो सा पहले 100 से वो डी नोवो से अभी जो सा सुविधा सेंटर बनती उन्होंने खोले थे वो सारा स्टाफ जो इंपैरलमेंट बोर्ड से और जोड़ा बाकी का स्टाफ भी है ना जरा वो सारा इंपैरलमेंट बोर्ड से बड़े स्मूथली काम कर रहे थे और 88% रोज देते दूजी बार अभी क्या भी जो एग्जिस्टिंग हॉस्पिटल है उन्होंने अपग्रेड करिए तो स्टाफ वही जो सरकारी सगा वो की होया कि जोड़े साढ़े उत्थे पेशेंट 36 देखते थे वो और कुछ उन्होंने इशू से कुछ इंपलाइज के इशू है वो कारण लैके हूँ अभी सारे इंपैरलमेंट बोर्ड से करता वो डॉक्टर आ गए तो फार्मासिस्ट की प्रोसैस चल रही है भी कितने आ गया कि अभी नहीं आया जो वापस जाना चाहते उन्होंने काम करना थोड़े जो कट किया हो सो इसे ट्रांजिशन फेज सो इस करके थोड़ी हिकअप्स वाली गल है इसे टैंपरेरी फेज मैं लगता भी एक महीने के सारा कुछ सैटल हो जाएगा वो सारा स्टाफ इंपैरलमेंट बोर्ड से होगा वह जो डॉक्टर है वो इंपैरलमेंट बोर्ड से सपोज 2 बज गया थोड़ा टाइम खत्म हो गया जोड़े बाकी के सारे कर्मचारी है वो सरकारी है डॉक्टर इंपैरलमेंट मोड पे आ 10% वो देख के जाऊगा पानी नहीं है पीने वाला मैं चेक करना तुम एक तो अभी मथुरा की कॉलोनी होर दी है कोई चंगी एग्जाम्पल भी होनी है कोई इतने बहुत वधिया हो रहा हूँ अच्छा वो जो पेंडिंग है वो तो हम नवे होने पेंडिंग भी कर लग गया जे साडे कोल कितने डायबिटीज बहुत है हाइपर टेंशन बहुत है बच्चों सीवियर नहीं है फिर देखा वो कोई उन्होंने कोई जिस तरह सिकल सैल डिजीज है
ਥੈਲੇਸੀਮੀਆ, ਹੀਮੋਫੀਲੀਆ, ਕੋਈ ਇਹੋ ਜਿਹੀਆਂ ਬਿਮਾਰੀਆਂ ਤਾਂ ਨਹੀਂ ਆ ਉੱਥੇ? ਕੋਈ ਉੱਥੇ ਇਨਵਾਇਰਮੈਂਟ ਰਿਲੇਟਡ ਤਾਂ ਨਹੀਂ ਹੈ ਕਿ ਉੱਥੇ ਹੈਵੀ ਮੈਟਲ ਆ ਗਿਆ? ਜਾਂ ਜੇ ਸ਼ੂਗਰ ਦੇ ਮਰੀਜ਼ ਬਹੁਤ ਹੈ, ਵੀ ਉੱਥੇ ਕੀ ਲੋੜ ਹੈ? ਉੱਥੇ ਯੋਗਾ ਦੀ ਲੋੜ ਹੈ, ਲਾਈਫ ਸਟਾਈਲ ਮੋਡੀਫਿਕੇਸ਼ਨ ਦੀ ਲੋੜ ਹੈ, ਜਾਂ ਉਹਨਾਂ ਦੀ ਡਾਇਟ ਦੇ ਵਿੱਚ ਕੋਈ ਇਹੋ ਜਿਹੀ ਚੀਜ਼ ਹੈ? ਜਿਵੇਂ ਅੱਜ ਕੱਲ੍ਹ ਤੁਹਾਡੇ ਫੂਡ ਸਪਲੀਮੈਂਟਸ ਬਹੁਤ ਹੈ, ਜਿਵੇਂ ਆਪਾਂ ਬਾਜ਼ਾਰ ਵਾਲਾ ਖਾਣਾ ਬਹੁਤ ਖਾਂਦੇ ਹਾਂ, ਉਹਦੇ ਅਸੀਂ ਲੋਕਲ ਸਾਨੂੰ ਕਾਰਨ ਪਤਾ ਲੱਗਣਗੇ, ਫਿਰ ਅਸੀਂ ਉਹਦੇ ਹਿਸਾਬ ਨਾਲ ਜਿਹੜੀ ਸਾਰੀ ਸਟ੍ਰੈਟਜੀ ਬਣਾਵਾਂਗੇ, ਪਲੈਨਿੰਗ ਕਰਾਂਗੇ ਅਸੀਂ। ਅਲਟੀਮੇਟਲੀ ਜਿਹੜੀ ਸਾਡੀ ਸਟ੍ਰੈਟਜੀ ਹੈ ਕਿ ਪ੍ਰੀਵੈਂਸ਼ਨ ਆਫ ਡਿਜ਼ੀਜ਼, ਪ੍ਰਮੋਸ਼ਨ ਆਫ ਹੈਲਥ, ਪ੍ਰਾਇਮਰੀ ਹੈਲਥ ਕੇਅਰ, ਤਾਂ ਕਿ 90% ਲੋਕਾਂ ਦਾ ਜਾਂ ਤਾਂ ਉਹਦੀ ਬਿਮਾਰੀ ਦੀ ਰੋਕਥਾਮ ਹੋ ਜਾਵੇ, ਜਾਂ ਉਹਨਾਂ ਦਾ ਇਲਾਜ ਹੋ ਜਾਵੇ ਕਲੋਜ਼ ਟੂ ਦੇਅਰ ਹੋਮ। ਉਹਦਾ ਫਾਇਦਾ ਕੀ ਹੈ ਕਿ ਇੱਕ ਤਾਂ ਬੰਦੇ ਨੇ ਜੇ ਉਹ ਰਜਿੰਦਰਾ ਹਸਪਤਾਲ ਜਾਏਗਾ, ਵੱਡੇ ਹਸਪਤਾਲ ਜਾਏਗਾ, ਤਾਂ ਪੂਰਾ ਦਿਨ ਖਰਾਬ ਹੁੰਦਾ, ਉਹ 10 ਮਿੰਟ 'ਚ ਜਾ ਕੇ 15 ਮਿੰਟ 'ਚ ਜਾ ਕੇ ਆਪਣੇ ਬਲੱਡ ਪ੍ਰੈਸ਼ਰ ਦਵਾਈ ਲਈ ਆਪਣਾ ਕੰਮ ਕਰ ਸਕਦਾ ਸਾਰਾ। ਲੋਕਾਂ ਦਾ ਟਾਈਮ ਵੀ ਬਚੇਗਾ, ਉਹਦੇ ਨਾਲ ਉਹਨਾਂ ਨੂੰ ਸੁਵਿਧਾ ਵੀ ਹੋਏਗੀ, ਪ੍ਰੋਡਕਟੀਵਿਟੀ ਵੀ ਵਧੇਗੀ, ਇਹਦੇ ਬਹੁਤ ਸਾਰੇ ਟ੍ਰਮੈਂਡਸ ਬੈਨੀਫਿਟਸ ਹੋਣਗੇ ਸਮਾਰਟ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ। ਅਤੇ ਜਿਹੜੇ ਵੱਡੇ ਹਸਪਤਾਲਾਂ ਨੂੰ ਤਾਂ ਲੋਡ ਘਟੇਗਾ, ਨਹੀਂ ਤਾਂ ਹੁਣ ਜਿਹੜਾ ਖਾਂਸੀ ਜ਼ੁਕਾਮ ਉਹ ਸਾਰੇ ਇੱਥੇ ਆਉਂਦੇ ਸੀ, ਹੁਣ ਉੱਥੇ ਹੀ ਟੈਸਟ ਹੋ ਗਏ, ਉੱਥੇ ਦਵਾਈ ਮਿਲ ਗਈ ਉਹਨੂੰ। ਇੱਥੇ ਰਜਿੰਦਰਾ ਹਸਪਤਾਲ 'ਚ ਸਿਰਫ ਉਸ ਤੋਂ ਬਾਅਦ ਪੇਸ਼ੈਂਟ ਜਿਹੜੇ ਮਾਤਾ ਛੱਲੇ ਜਾਣਗੇ, ਟੀ ਵੀ ਹੋਸਪਿਟਲ ਜਾਣਗੇ, ਤ੍ਰਿਪੜੀ ਜਾਣਗੇ, ਮਾਡਲ ਟਾਊਨ ਜਾਣਗੇ, ਮਤਲਬ ਉੱਥੇ ਐਕਸਰੇ ਹੋ ਗਿਆ, ਹੋਰ ਛੋਟੀ ਮੋਟੀ ਸਾਰਾ ਇਲਾਜ ਉੱਥੇ ਹੋ ਗਿਆ। ਸੋ ਰਜਿੰਦਰਾ ਹਸਪਤਾਲ 'ਚ ਉਹੀ ਪੇਸ਼ੈਂਟ ਆਏਗਾ ਜਿਹਦੀ ਕੋਈ ਬਹੁਤ ਸੀਰੀਅਸ ਬਿਮਾਰੀ ਹੋਏਗੀ, ਉਹਦੇ ਨਾਲ ਸਾਡੀ ਜਿਹੜੀ ਪੇਸ਼ੈਂਟ ਕੇਅਰ ਆ ਉਹ ਵੀ ਬੈਟਰ ਹੋਏਗੀ। ਬਾਬਾ ਕੈਂਸਰ ਹੋਸਪਿਟਲ ਜਿਹੜਾ ਮੁੱਲਾਪੁਰ, ਉਹਦੇ ਵਿੱਚ ਮੈਂ ਗਿਆ ਸੀਗਾ। ਉੱਥੇ ਨਾ ਬਹੁਤ ਅੱਛਾ ਉਹਨਾਂ ਦਾ ਕੋਨਸੈਪਟ ਹੈ, ਉਹਨੂੰ ਟੀਮ ਵਰਕ ਦੇ ਨਾਲ ਕੰਮ ਕਰਦੇ ਆ। ਜਦੋਂ ਕਿਸੇ ਪੇਸ਼ੈਂਟ ਨੂੰ ਕੈਂਸਰ ਡਾਇਗਨੋਸ ਕਰ ਲੈਣਾ, ਉਹ ਸਾਰੇ ਇਕੱਠੇ ਹੋ ਜਾਂਦੇ ਆ। ਡੋਕਸ ਦੀ ਇਹਨਾਂ ਦੇ ਵਿੱਚੋਂ ਇੱਕ ਹੈ ਜੀ, ਮਤਲਬ ਇੱਕ ਕੈਟਲਿਸਟ ਹੁੰਦਾ, ਜਿਹੜਾ ਮਤਲਬ ਕੈਟਲਿਸਟ ਕਿਤੇ ਵੀ ਹੋ ਸਕਦਾ, ਜਿਹੜਾ ਕੈਟਲਿਸਟ ਆਫ ਚੇਂਜ ਹੈ। ਉਹ ਇੱਕ ਉਹਦਾ ਪ੍ਰਾਈਵੇਟ ਹੋਸਪਿਟਲ ਹੈ ਜੀ, ਔਰ ਹੀ ਇਜ਼ ਅ ਵੈਰੀ ਬਿਜ਼ੀ ਡਾਕਟਰ। ਉਹਨੇ ਆਪਣਾ ਟਾਈਮ ਕੱਢ ਕੇ ਰਜਿੰਦਰਾ ਹਸਪਤਾਲ ਇਕੱਲਾ ਨਹੀਂ ਜੀ, ਉਹਨੇ ਉਹ ਜਲੰਧਰ ਵੀ ਗਿਆ ਜੀ। ਉਹਨੇ ਇੱਥੋਂ ਤੁਸੀਂ ਦੇਖ ਲਓ ਵੀ ਧੂਰੀ, ਸੰਗਰੂਰ, ਬਰਨਾਲਾ, ਬਠਿੰਡਾ, ਫਰੀਦਕੋਟ, ਮੁਕਤਸਰ, ਉਹ ਸਾਰੇ ਹਸਪਤਾਲਾਂ 'ਚ ਜਾ ਕੇ, ਘਨੌਰ, ਉਹ ਸਾਰੇ ਹਸਪਤਾਲਾਂ ਦਾ ਉਹਨੂੰ ਅਸੀਂ ਨਾ ਗੈਪ ਅਨੈਲਿਸਿਸ ਕਹਿੰਦੇ। ਉਹਨੇ ਮੇਰੇ ਵਾਸਤੇ, ਮਤਲਬ ਸਾਡੇ ਡਿਪਾਰਟਮੈਂਟ ਵਾਸਤੇ, ਪੰਜਾਬ ਵਾਸਤੇ ਜਿਹੜੇ ਬੰਦੇ ਕੰਟਰੀਬਿਊਟ ਕਰਨਾ ਚਾਹੁੰਦੇ ਆ, ਅਸੀਂ ਉਹਨੂੰ ਵੈਲਕਮ ਕਰਾਂਗੇ ਜੀ। ਜਿਵੇਂ ਮੈਡੀਕਲ ਕਾਲਜ ਆ, ਇਹਨਾਂ ਦੇ ਕੋਲ ਟ੍ਰੇਨਡ ਮੈਨ ਪਾਵਰ ਹੈ, ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਜਿਹੜਾ ਸਾਡਾ ਇੱਕ ਮੈਡੀਕਲ ਕਾਲਜ ਹੈ ਉਹ ਇੱਕ ਡਿਸਟ੍ਰਿਕਟ ਹੋਸਪਿਟਲ ਨੂੰ ਅਦਰ ਦੈਨ ਦੇਅਰ ਓਨ ਡਿਸਟ੍ਰਿਕਟ ਪਟਿਆਲੇ ਨੂੰ ਛੱਡ ਕੇ, ਮਤਲਬ ਫੋਰ ਇਗਜ਼ਾਮਪਲ ਚਾਹੇ ਫਤਿਹਗੜ੍ਹ ਸਾਹਿਬ ਨੂੰ ਕਰ ਲੈਣ ਜੀ, ਠੀਕ ਹੈ ਜੀ, ਚਾਹੇ ਸੰਗਰੂਰ ਨੂੰ ਕਰ ਲੈਣ, ਅਤੇ ਮੈਡੀਕਲ ਕਾਲਜ ਇੱਕ ਡਿਸਟ੍ਰਿਕਟ ਹੋਸਪਿਟਲ ਨੂੰ ਜਿਹੜਾ ਹੈਗਾ ਉਹ ਸਾਡਾ ਡਿਸਟ੍ਰਿਕਟ ਰੈਜੀਡੈਂਸੀ ਪ੍ਰੋਗਰਾਮ ਵੀ ਉਹਨੂੰ ਅਡੋਪਟ ਕਰਨ ਉਹ, ਅਤੇ ਉੱਥੇ ਦੇ ਡਾਕਟਰਾਂ ਦੀ ਜਿਹੜੀ ਸਕਿੱਲ ਹੈਗੀ ਆ ਉਹਨਾਂ ਨੂੰ ਬੈਟਰ ਕਰਨ ਉਹ। ਸੋ ਇਸ ਕੋਨਸੈਪਟ ਦੇ ਨਾਲ ਸਾਡੇ ਕੁਛ ਸਾਡੇ ਜਿਹੜੇ ਪ੍ਰਾਈਵੇਟ ਡਾਕਟਰ ਵੀ ਹੈਗੇ, IEMA ਦੇ ਡਾਕਟਰ, ਡਾਕਟਰ ਭਗਵੰਤ ਵੀ ਜਾਂਦੇ ਆ ਉਹਨਾਂ ਦੇ ਨਾਲ, ਸਾਡੇ ਬਾਈ ਦੀ ਡਾਕਟਰ ਭਗਵੰਤ ਵੀ ਕੰਟਰੀਬਿਊਟ ਕਰ ਰਹੇ ਉਹਨਾਂ ਦੇ ਨਾਲ, ਅਤੇ ਉਹ ਨਾਲ ਜਾ ਕੇ ਉਹਨਾਂ ਦੇ ਉਹ ਸਾਡੀ ਮਦਦ ਕਰ ਰਹੇ ਆ। ਮੈਨੂੰ ਲੱਗਦਾ ਵੀ ਤੁਸੀਂ ਵੀ ਸਾਰੇ ਪੰਜਾਬੀ ਆ, ਤੁਹਾਡੇ ਦਿਲ 'ਚ ਵੀ ਖਾਹਿਸ਼ ਹੋਣੀ ਕਿ ਸਾਡਾ ਪੰਜਾਬ ਬਿਹਤਰ ਬਣੇ, ਉਹਨਾਂ ਦੇ ਵੀ ਖਾਹਿਸ਼ ਹੈ। ਜਿਹੜਾ ਬੰਦਾ ਸਪਿਰਿਟ ਹੈ, ਮੋਟੀਵੇਟਡ ਹੈ, ਅਸੀਂ ਇੱਕ ਹੋਰ ਸ਼ੁਰੂ ਕਰਨ ਜਾ ਰਹੇ ਹਾਂ। ਇਹ ਤੁਸੀਂ ਆਪਣੇ ਡੀਅਰ ਅਮੀ ਸਾਹਿਬ ਇਸ ਵਾਰ ਤੁਸੀਂ ਇਹ ਕਰੋ, ਤੁਹਾਡੀ ਜਿਹੜੀ ਅਲੂਮਨਾਈ ਆ, ਤੁਸੀਂ ਉਹਨਾਂ ਨੂੰ ਇੱਕ ਵੈਬਸਾਈਟ ਬਣਾ ਦਿਓ ਇੱਥੇ, ਉਹਨਾਂ ਨੂੰ ਕਾਲ ਦਿਓ ਕਿ ਆਹ ਸਾਡੇ ਕੋਲ ਸੁਵਿਧਾ ਹੈਗੀਆਂ, ਜਿਹੜੇ ਇੱਥੇ ਪੜ੍ਹ ਕੇ ਗਏ ਆ। ਮੈਨੂੰ ਡਾਕਟਰ ਕਲੇਅਰ ਨੇ ਕਿਹਾ ਜੀ, ਮਤਲਬ ਹਾਰਟ ਦੇ ਬਹੁਤ ਅੱਛੇ ਸਪੈਸ਼ਲਿਸਟ ਆ ਫੋਰਟੀ 'ਚ, ਉਹ ਕਹਿੰਦੇ ਡਾਕਟਰ ਸਾਹਿਬ ਮਹੀਨੇ 'ਚ ਇੱਕ ਦਿਨ ਆਪਣਾ ਸਮਾਂ ਲਾ, ਮੈਂ ਆਪਣਾ ਟਾਈਮ ਦਊਗਾ ਮਹੀਨੇ 'ਚ ਇੱਕ ਦਿਨ, ਫਿਕਸ ਡੇ ਉਹਨੂੰ ਕਰ ਲਾਂਗੇ ਕਿ ਪਹਿਲਾ ਮੰਡੇ ਜਾਂ ਪਹਿਲਾ ਵੀਰਵਾਰ, ਜੋ ਵੀ ਉਹਨਾਂ ਨੂੰ ਸੂਟ ਕਰਦਾ ਹੋਵੇ, ਮਹੀਨੇ ਦਾ ਉਹਨਾਂ ਦਾ ਫਿਕਸ ਡੇ ਆਏਗਾ। ਉਹ ਆਣ ਕੇ ਸਾਡੇ ਸਟਾਫ ਨੂੰ ਟ੍ਰੇਨ ਵੀ ਕਰਨਗੇ ਔਰ ਲੋਕਾਂ ਨੂੰ ਸਰਵਿਸ ਮਿਲਣਗੀਆਂ। ਜਿੰਨੇ ਬਾਹਰੋਂ ਆਉਂਦੇ ਆ, ਸਪੋਜ਼ ਕੋਈ ਨਿਊਰੋ ਸਰਜਨ ਅਮਰੀਕਾ ਤੋਂ ਆਇਆ ਹੋਇਆ, ਜਿਹੜਾ ਉੱਥੇ ਬੈਸਟ ਹੈ ਜੀ, ਉਹ ਇੱਥੇ ਆ ਕੇ ਇੱਕ ਹਫ਼ਤਾ ਆਪਰੇਸ਼ਨ ਕਰੇਗਾ, ਅਸੀਂ ਕੇਸ ਸਾਰੇ ਸਲੈਕਟ ਕਰ ਲਾਂਗੇ। ਅਸੀਂ ਜਿੰਨਾ ਸਾਡਾ ਅਲੂਮਨਾਈ ਹੈ ਜੀ, ਮਤਲਬ ਵੀ ਹੈਵ ਏ ਓਪਨ ਮਾਈਂਡ, ਠੀਕ ਹੈ ਜੀ। ਉਹ ਕੋਈ ਬੰਦਾ ਪੈਸੇ ਦੇਣਾ ਚਾਹੁੰਦਾ, ਤੁਹਾਡੇ ਚੱਠਾ ਸਾਹਿਬ ਹੈਗੇ ਜੀ ਜਿਹੜੇ ਸਾਡੇ, ਉਹਨਾਂ ਨੇ ਪਟਿਆਲਾ ਹੈਲਥ ਫਾਊਂਡੇਸ਼ਨ ਬਣਾਈ ਆ, ਉਹ 80 ਲੱਖ ਰੁਪਇਆ ਰੇਂਜ ਕਰ ਰਿਹਾ ਜੀ ਫੋਰ ਪੇਸ਼ੈਂਟ ਫੈਸਿਲੀਟੇਸ਼ਨ ਸੈਂਟਰ। ਏਅਰ ਕੰਡੀਸ਼ਨ ਹੋਏਗਾ, ਫਸਟ ਕਲਾਸ ਹੋਏਗਾ, ਤੁਸੀਂ ਦੇਖੋ ਪ੍ਰੋਗਰਾਮ ਜਾ ਰਿਹਾ, ਠੀਕ ਹੈ ਜੀ। ਸੋ ਇਸ ਤਰ੍ਹਾਂ ਕਰਕੇ ਜਿਹੜੇ ਸਾਡੇ ਅਲੂਮਨਾਈ ਹੈ, ਉਹ ਸਾਡੀ ਬਹੁਤ ਵੱਡੀ, ਸਾਡੀ ਇੱਕ ਵਿਰਾਸਤ ਵੀ ਹੈ, ਸਾਡੀ ਸਟਰੈਂਥ ਵੀ ਹੈ, ਔਰ ਉਹ ਚਾਹੁੰਦੇ ਵੀ ਹੈ, ਔਰ ਉਹ ਉਸ ਪੋਜੀਸ਼ਨ ਦੇ ਵਿੱਚ ਵੀ ਆ। ਡਾਕਟਰ ਸੁਧੀਰ ਆਏ ਗਏ ਜੀ, ਆਦਰ ਡਾਕਟਰ ਸੁਧੀਰ ਆ ਗਏ। ਸੋ ਸਾਨੂੰ ਡਾਕਟਰ ਸੁਧੀਰ ਜੀ, ਸਾਨੂੰ ਕਰਨਲ ਕਰਮਿੰਦਰ ਜੀ, ਸਾਨੂੰ ਡਾਕਟਰ ਚੱਠਾ ਜੀ ਬਹੁਤ ਵੱਡੀ ਸਪੋਰਟ ਹੈ ਜੀ, ਔਰ ਮੈਨੂੰ ਲੱਗਦਾ ਨਹੀਂ ਕੋਈ ਇਹਦੇ ਖਿਲਾਫ਼ ਕੋਈ, ਮਤਲਬ ਬੜੀ ਅੱਛੀ ਸਪਿਰਿਟ ਨਾਲ ਕੰਮ ਕਰ ਰਿਹਾ ਜੀ ਰਜਿੰਦਰਾ ਹੋਸਪਿਟਲ ਦੇ। ਰਜਿੰਦਰਾ ਹੋਸਪਿਟਲ ਨੇ ਬਹੁਤ ਅੱਛੇ ਵਧੀਆ ਤਰੀਕੇ ਦੇ ਨਾਲ ਕੋਵਿਡ ਦੇ ਵਿੱਚ, ਮੇਰਾ ਖਿਆਲ ਇੰਡੀਆ ਦੇ ਵਿੱਚ ਇੱਕ ਵਨ ਆਫ ਦਾ ਬੈਸਟ ਪੋਸੀਬਲ ਜਿਹੜੀ ਕੇਅਰ ਹੈ ਕੋਵਿਡ ਦੇ ਵਿੱਚ ਉਹਨਾਂ ਨੇ ਪ੍ਰੋਵਾਈਡ ਕੀਤੀ ਹੈ। ਨੋ ਡਾਊਟ ਇੱਥੇ ਬਹੁਤ ਜ਼ਿਆਦਾ ਟੈਲੈਂਟ ਹੈ, ਬਟ ਯੂਸੀ ਈਵਨ IEMA ਕੈਟਲਿਸਟ ਆਫ ਚੇਂਜ, ਠੀਕ ਹੈ ਜੀ। ਮੈਨੂੰ ਇਹਨਾਂ ਨੇ ਮੈਨੂੰ ਮੌਕਾ ਦਵਾਇਆ, ਸਾਡੇ ਇੱਥੇ ਵਲੰਟੀਅਰ ਵੀ ਬੈਠੇ ਆ, ਸਾਡੇ ਡਾਕਟਰ ਵੀ ਬੈਠੇ ਆ, ਸਾਰੇ ਡਾਕਟਰ ਮੇਰੇ ਵਲੰਟੀਅਰ ਸੀਗੇ। ਮੈਨੂੰ 99% ਔਰ 99.9% ਮੈਡੀਕਲ ਸਟਾਫ ਨੇ ਸਪੋਰਟ ਕੀਤਾ।
ਸੋ ਨਾਓ ਆਈ ਹੈਵ ਟੂ ਰੈਸੀਪ੍ਰੋਕੇਟ ਕਿ ਇਹਨਾਂ ਇਹਨਾਂ ਦੀਆਂ ਜਿਹੜੀਆਂ ਦਿੱਕਤਾਂ ਹੈਗੀਆਂ ਮੈਂ ਹੱਲ ਕਰਾਂ ਜੀ, ਬਲਕਿ ਹੱਲ ਕਰੀਏ। ਸੋ ਵਿਦ ਦੈਟ ਸਪਿਰਿਟ ਅਸੀਂ ਕੰਮ ਕਰ ਰਹੇ ਹਾਂ। ਸਰ ਕੋਈ ਜਾਂਚ ਵੀ ਚੱਲ ਰਹੀ ਹੈ ਕੋਈ ਸਮਾਨ ਦੀ ਖਰੀਦੋ ਫਰੋਖ ਜਿਹੜਾ ਪਿਛਲੇ ਸਮੇਂ ਹੋਇਆ ਸੀ ਉਹਦੇ ਬਾਰੇ ਕੋਈ ਹੈਲਥ ਡਿਪਾਰਟਮੈਂਟ ਵੱਲੋਂ ਵਿਜੀਲੈਂਸ ਦੇ ਨਾਲ ਕੋਈ ਟਾਈ ਅਪ ਕੀਤਾ ਗਿਆ? ਨਹੀਂ ਨਹੀਂ ਵਿਜੀਲੈਂਸ ਨਾਲ ਸਾਡਾ ਕੋਈ ਟਾਈ ਅਪ ਨਹੀਂ ਹੁੰਦਾ ਜੀ, ਵਿਜੀਲੈਂਸ ਆਪਣੇ ਤੌਰ 'ਤੇ ਕੰਮ ਕਰਦੀ ਆ। ਲੇਕਿਨ ਉਹਦੇ 'ਚ ਬਹੁਤ ਸਾਰੇ ਕੰਮ ਜਿਸ ਤਰ੍ਹਾਂ ਤੁਸੀਂ ਅਖਬਾਰਾਂ 'ਚ ਪੜ੍ਹਦੇ ਹੋ ਕਿ ਜਦੋਂ ਕੋਵਿਡ ਵੇਲੇ ਕੁਛ ਮਤਲਬ ਉਹ ਇਹਨਾਂ ਦਾ ਮੈਡੀਕਲ ਕਾਲਜ ਦਾ ਉਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਜੀ। ਉਹ ਜਿਹੜੇ ਉੱਥੇ ਮਤਲਬ ਕੋਈ ਉਸ ਵੇਲੇ ਦੇ ਸੀਗੇ ਮੰਤਰੀ ਵਗੈਰਾ ਉਹ ਚੱਲਦੀ ਪਈ ਹੈਗੀ, ਉਹਨਾਂ ਦਾ ਆਪਣਾ ਉਹ ਕਰਦੇ ਆ। ਕੋਈ ਮੈਨੂੰ ਇੱਦਾਂ ਦਾ ਮੇਰੀ ਨੌਲੇਜ ਕੋਈ ਨਹੀਂ ਹੈ ਜੀ ਕੋਈ ਪਟਿਆਲੇ ਦਾ ਕੋਈ ਪਰਟੀਕੁਲਰ ਹੋਵੇ। ਉਹ ਜਿਹੜੀ ਜਿਹੜਾ ਜ਼ਿਆਦਾ ਜਿਹੜੀ ਸਾਰੀ ਦੇਖੋ ਜਿਹੜੀ ਸਾਰੀ ਚੀਜ਼ ਤੋਂ ਫੋਕਸ ਹੈ। ਸਾਡਾ ਮਕਸਦ ਇਹ ਹੈ ਕਿ ਸਾਡੇ ਜਿਹੜੇ ਮਤਲਬ ਸਾਡੇ ਸਪੈਸ਼ਲ ਚੀਫ ਸਕੱਤਰੀ ਸਾਹਿਬ ਹੈਗੇ ਆ ਜੀ ਅਨੁਰਾਗ ਜੀ, ਔਰ ਇਹ ਸਾਰੀ ਆਪਣੀ ਪੂਰੀ ਟੀਮ ਲੈ ਕੇ ਆਏ ਆ ਡੀਆਰ ਰਮੀ ਸਾਹਿਬ। ਸਾਡਾ ਮਕਸਦ ਇਹ ਹੈ ਕਿ ਅਸੀਂ ਸਰਵਿਸ ਬਿਹਤਰ ਕਿੱਦਾਂ ਕਰਨੀ ਆ। ਸਾਡਾ ਸਿੰਗਲ ਪੁਆਇੰਟ ਏਜੰਡਾ ਇੱਥੇ ਦਾ ਕਿ ਅਸੀਂ ਇਸ ਮੈਡੀਕਲ ਕਾਲਜ ਨੂੰ ਇੰਡੀਆ ਦਾ ਬੈਸਟ ਮੈਡੀਕਲ ਕਾਲਜ ਬਣਾਉਣਾ, ਔਰ ਇਸ ਸਪਿਰਿਟ ਦੇ ਨਾਲ ਸਾਰੀ ਇਹਨਾਂ ਦੀ ਫੈਕਲਟੀ ਕੰਮ ਕਰ ਰਹੀ ਹੈ। ਡੈਂਗੀ ਵਾਸਤੇ ਜੀ ਹਾਂ, ਉਹਦੇ ਵਾਸਤੇ ਸਾਡੀਆਂ ਪੂਰੀਆਂ ਜੋ ਉਹਦੇ ਸਟੈਂਡਰਡ ਓਪਰੇਟਿੰਗ ਪ੍ਰੋਸੀਜਰ ਆ ਉਹ ਸਾਰੇ ਅਸੀਂ ਕਰ ਰਹੇ ਹਾਂ। ਇੱਕ ਅਸੀਂ ਵਿਸ਼ੇਸ਼ ਮੁਹਿੰਮ ਜਿਹੜੀ ਆ ਉਹ ਆਉਣ ਵਾਲੇ ਸ਼ੁਰੂ ਕਰਨ ਜਾ ਰਹੇ ਹਾਂ, ਮੁੱਖ ਮੰਤਰੀ ਸਾਹਿਬ ਨੂੰ ਕਰਨਗੇ ਡੈਡ ਕੇ। ਉਹਦੇ 'ਚ ਅਸੀਂ ਹਰ ਸ਼ੁੱਕਰਵਾਰ ਡੈਂਗੂ 'ਤੇ ਵਾਰ, ਉਹਦੇ 'ਚ ਸਾਡਾ ਜਿੰਨਾ ਵੀ ਆਸ਼ਾ ਵਰਕਰ ਤੋਂ ਲੈ ਕੇ DRME ਡਾਇਰੈਕਟਰ ਤੱਕ, ਹੈਲਥ ਮਿਨਿਸਟਰ ਤੱਕ, ਚੀਫ ਮਿਨਿਸਟਰ ਸਾਰੇ ਜਣੇ ਅੱਗੇ ਅਸੀਂ ਲੋਕਾਂ ਦੇ ਘਰਾਂ 'ਚ ਜਾ ਕੇ ਉਹਨਾਂ ਨੂੰ ਐਜੂਕੇਟ ਕਰਾਂਗੇ ਵੀ ਜਿੱਥੇ ਵੀ ਪਾਣੀ ਜਿਹੜਾ ਪਤਾ ਨਾ ਜੀ ਇਹ ਜਿਹੜਾ ਜਿਹਨੂੰ ਅਸੀਂ ਟਾਈਗਰ ਮੋਸਕੀਟੋ ਕਹਿੰਦੇ ਹਾਂ, ਉਹਦਾ ਅਦਰਵਾਈਜ਼ ਏਡੀ ਜਿਪਟੀ ਨਾਂ ਹੈਗਾ ਉਹਦਾ, ਉਹ ਜੇ ਉਹਨੂੰ ਪਾਣੀ ਨੂੰ ਆਪਾਂ ਡਰੇਨ ਕਰ ਦਈਏ ਵਾਸਤੇ ਵੀ ਤਾਂ ਇਸ ਵਾਰੀ ਆਪਣੇ ਬਹੁਤ ਘੱਟ ਆ। ਵੈਸੇ ਇੰਡੀਆ 'ਚ ਸਭ ਤੋਂ ਵਧੀਆ ਪੋਜੀਸ਼ਨ ਆ ਸਾਡੇ ਪੰਜਾਬ ਦੀ ਆ, ਟੱਚਵੁੱਡ ਮੈਨੂੰ ਲੱਗਦਾ ਅਸੀਂ ਉਹ ਅਸੀਂ ਉਹ ਵੀ ਕਰਾਂਗੇ ਜੀ। ਬਾਕੀ ਸਾਡੇ ਕੋਲ ਜਿਹੜਾ ਤੁਹਾਡਾ ਲਾਰਵੀ ਸਾਈਡਲ ਹੈ ਜਾਂ ਉਹਦੇ ਮੋਸਕੀਟੋ ਸਾਈਡਲ ਜਿਹੜੀ ਡਰੱਗਸ ਹੈਗੀਆਂ ਸਾਡੇ ਕੋਲ ਸਫੀਸ਼ੈਂਟ ਫੋਗਿੰਗ ਸਾਰਾ ਕੁਛ ਅਸੀਂ ਕਰ ਰਹੇ ਹਾਂ। ਗਮੂਸੀਆ ਫਿਸ਼ ਅਸੀਂ ਬੜਾ ਇਫੈਕਟਿਵਲੀ ਯੂਜ਼ ਕਰ ਰਹੇ ਹਾਂ। ਸਭ ਤੋਂ ਵੱਡੀ ਗੱਲ ਹੈ ਇਹਦੇ 'ਚ ਕਮਿਊਨਿਟੀ ਪਾਰਟੀਸਪੇਸ਼ਨ, ਤੁਹਾਡਾ ਬਹੁਤ ਵੱਡਾ ਰੋਲ ਆ। ਜੇ ਤੁਸੀਂ ਸਾਡਾ ਇਹ ਮੈਸੇਜ ਲੋਕਾਂ ਤੱਕ ਪਹੁੰਚਾ ਦੋਗੇ ਵੀ ਘਰ ਦੇ ਆਸ ਪਾਸ ਕਿਤੇ ਪਾਣੀ ਖੜਾ ਨਹੀਂ ਹੋਣਾ ਚਾਹੀਦਾ, ਬੜੀ ਸਿੰਪਲ ਜਿਹੀ ਗੱਲ ਆ ਜੀ। ਜੇ ਕਿਤੇ ਛੱਪੜੀ ਲੱਗੀ ਆ ਤੁਹਾਡੇ ਲਗਾਤਾਰ ਬਾਰਿਸ਼ ਹੋ ਜਾਂਦੀ ਨਹੀਂ ਡਰੇਨ ਹੁੰਦਾ, ਜਿਹੜਾ ਤੁਹਾਡਾ ਬੰਟ ਆਇਲ ਹੁੰਦਾ ਵੀ ਤੁਸੀਂ ਪਕੌੜੇ ਖਾ ਲਏ ਘਰੇ ਕੁਛ ਕਰਦੇ ਆ ਤਲਦੇ ਆ, ਜਿਹੜਾ ਘਿਓ ਕੰਡਮ ਜਿਹਾ ਪਿਆ ਉਹਦੇ 'ਤੇ ਮਾੜਾ ਜਿਹਾ ਛਿੜਕ ਦਿਓ, ਉਹਦੇ 'ਤੇ ਸਾਰੇ ਮਰ ਜਾਂਦੇ ਉਹਦੇ ਜਿਹੜੇ ਲਾਰਵੇ ਲੂਰਵੇ ਹੁੰਦੇ ਆ। ਅਤੇ ਬਾਕੀ ਆਪਾਂ ਪੰਛੀਆਂ ਲਈ ਪਾਣੀ ਰੱਖਦੇ ਹਾਂ ਉਹਨੂੰ ਡਰੇਨ ਕਰ ਦਿਓ, ਕੂਲਰ ਨੂੰ ਸੁਕਾ ਦਿਓ, ਆਹ ਛੋਟੀ ਛੋਟੀਆਂ ਗੱਲਾਂ, ਕਿਤੇ ਪਾਣੀ ਕਿਤੇ ਟਾਇਰ ਚੀਜ਼ਾਂ ਹੋਰ ਟੁੱਟੇ ਭਾਂਡੇ 'ਚ ਨਾ ਪਿਆ ਹੋਵੇ, ਸੋ ਇੱਦਾਂ ਨਹੀਂ ਕਰਦਾ। ਉੱਥੇ ਹੀ ਸਿਹਤ ਸੰਬੰਧੀ ਅਤੇ ਮੈਡੀਕਲ ਸਟਾਫ ਦੀ ਭਰਤੀ ਨੂੰ ਲੈ ਕੇ ਵੀ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਜਾਣਕਾਰੀ ਸਾਂਝੀ ਕੀਤੀ ਹੈ। ਜ਼ਿਕਰ ਕਰ ਦਈਏ ਕਿ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਪਟਿਆਲਾ ਦੌਰੇ ਤੇ ਨੇ ਅਤੇ ਇਸ ਮੌਕੇ ਉਹਨਾਂ ਨੇ ਮੈਡੀਕਲ ਕਾਲਜ ਦੇ ਪ੍ਰਬੰਧਾਂ ਦਾ ਵੀ ਜਾਇਜ਼ਾ ਲਿਆ। D5 ਚੈਨਲ ਪੰਜਾਬੀ ਤੇ ਹੋਵੇਗੀ ਪੱਖ ਦੇ ਮੁੱਦਿਆਂ ਦੀ ਗੱਲ, ਸਿਆਸੀ ਪਾਰਟੀਆਂ ਨੂੰ ਕਰਾਂਗੇ ਸਵਾਲ ਤਾਂ ਕਿ ਲੋਕ ਮਸਲੇ ਹੋਣ ਹੱਲ। D5 ਚੈਨਲ ਪੰਜਾਬੀ ਤੇ ਪੰਜਾਬ ਡਿਬੇਟ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਸ਼ਾਮੀ 6 ਵਜੇ ਤੋਂ 7 ਵਜੇ ਤੱਕ ਵੇਖਣਾ ਨਾ ਭੁੱਲਣਾ ਪੰਜਾਬ ਡਿਬੇਟ। ਨਿਡਰ ਹਾਂ, ਨਿਰਪੱਖ ਰਹਾਂਗੇ, ਆਜ਼ਾਦ ਹਾਂ, ਸੱਚ ਕਹਾਂਗੇ, ਗੱਲ ਕਰਾਂਗੇ ਸਿਆਸੀ ਹਵਾ ਦੀ, ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ, ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ, ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ, ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ, ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ, ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ, ਹੋਣਗੇ ਹਰ ਪਹਿਲੂ ਤੇ ਰੋਸ ਚਰਚੇ, ਖੋਲਾਂਗੇ ਅੰਦਰੂਨੀ ਰਾਜ, ਬਣਾਂਗੇ ਬੁਲੰਦ ਆਵਾਜ਼, ਖੇਡ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ, ਹਰ ਪਿੰਡ ਹਰ ਸ਼ਹਿਰ ਜਾਵਾਂਗੇ, ਮਨੋਰੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ, ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਝਾਲ, ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ, ਕੀ ਕਰਦੀ ਹੈ ਸਾਡੀ ਸਰਕਾਰ, ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ, D5 ਚੈਨਲ ਪੰਜਾਬੀ ਦੀ ਕਚਹਿਰੀ 'ਚ ਹੋਵੇਗੀ ਸਿਰਫ ਲੋਕਾਂ ਦੀ ਗੱਲ, ਧਰਮ ਧਰੋਹਰ ਸਿਹਤ ਔਰ ਸੰਸਕ੍ਰਿਤੀ ਕੀ ਹੋਗੀ ਬਾਤ, ਅਬ D5 ਚੈਨਲ ਹਿੰਦੀ ਵੀ ਹੋਗਾ ਸਰ, D5 ਚੈਨਲ ਪੰਜਾਬੀ, ਆਪਣੀ ਧਰਤੀ ਆਪਣੇ ਲੋਕ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਕੁਲਰਾਜ ਰੰਧਾਵਾ ਤੇ ਤੁਸੀਂ ਵੇਖ ਰਹੇ ਹੋ D5 ਚੈਨਲ ਪੰਜਾਬੀ, ਜਿਹੜਾ ਲਾਂਚ ਹੋ ਚੁੱਕਿਆ ਹੈ ਹੁਣ ਕੈਨੇਡਾ ਵਿੱਚ।